ਕੰਮ ਤੋਂ ਆ ਕੇ ਵੀ ਥੱਕ ਅੱਕ ਜਾਂਦੇ ਹਾਂ ਯਾਰ, ਸਾਰੀ ਬਾਡੀ ਕਰਨ ਵਾਲੀ ਪਈ ਹੈ, ਹਜੇ ਇੱਕੋ ਹੀ ਡੋਲਾ ਹੋਇਆ। ਚੱਲ ਹੌਲੀ ਹੌਲੀ ਕਰਦੇ ਹਾਂ, ਕਰਦੇ ਹਾਂ ਸ਼ੁਰੂ। ਹਾਏ ਹਾਏ ਤਾਂ ਬਹੁਤ ਕੰਮ ਪਿਆ। ਓ ਮੰਨੂ ਏ, ਓ ਉਰੇ ਆ, ਹਾਂਜੀ ਆ ਮੇਰਾ ਪੁੱਤ। ਅੱਜ ਪੁੱਤ ਉਹ ਟਾਈਮ ਆ ਗਿਆ ਜਿਹਦਾ ਸਾਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ। ਤੂੰ ਮੇਰਾ ਰਿਜ਼ਲਟ ਆ ਗਿਆ? ਰਿਜ਼ਲਟ ਨਹੀਂ ਆ ਗਿਆ ਪੁੱਤ, ਵਾਢੀ ਆ ਗਈ। ਵਾਢੀ ਪੁੱਤ, ਇਹ ਕਣਕ ਦੀ ਵਾਢੀ ਆ ਗਈ। ਦੇਖੋ ਇਹ ਦਿਨ ਹੁੰਦੇ ਆ ਜਦੋਂ ਆਪਾਂ ਨੂੰ ਪੂਰੀ ਮਿਹਨਤ ਕਰਨੀ ਪੈਂਦੀ ਹੈ। ਹੈ ਤੂੰ ਕੁਛ ਨੀ ਕਰਨਾ ਪੁੱਤ, ਠੀਕ ਹੈ? ਆ ਦਰਾਠੀ ਹੁੰਦੀ ਆ ਨਾ ਪੁੱਤ, ਐ ਦਰਾਠੀ ਨੂੰ ਐ ਫੜ ਲੈਣਾ ਗਾ, ਠੀਕ ਹੈ? ਐ ਫੜ ਕੇ ਤੇ ਐ ਬਹਿ ਜਾਣਾ ਪੁੱਤ, ਬਹਿ ਜਾ ਬਹਿ ਜਾ, ਇੱਕ ਵਾਰੀ ਬਹਿ ਜਾ ਪੁੱਤ ਥੱਲੇ, ਬਹਿ ਜਾ। ਹਾਂ ਐ ਐ ਬਹਿ ਜਾਣਾ ਗਾ ਪੁੱਤ, ਐ ਫੜ ਲੈਣੀ ਪੁੱਤ, ਕਣਕ ਇਥੋਂ ਐ ਫੜ ਕੇ ਪੁੱਤ, ਇਹ ਐ ਆਏ ਪੁੱਤ, ਆਏ ਪੁੱਤ। ਨਹੀਂ ਨਹੀਂ ਇਹ ਕੰਮ ਮੇਰੇ ਸੇ ਨਹੀਂ ਹੋਤਾ, ਮੈਂ ਪੜ੍ਹਾਈ ਕਰ ਸਕਤਾ ਹੂੰ, ਯੇ ਚੀਜ਼ੇ ਨਹੀਂ ਕਰ ਸਕਤਾ। ਨਹੀਂ ਨਹੀਂ ਪੁੱਤ, ਇਹ ਕੰਮ ਕਿਉਂ ਨਹੀਂ ਕਰ ਸਕਦਾ ਤੂੰ? ਨਹੀਂ ਨਹੀਂ ਆਪਨੇ ਮੇਰੇ ਕੋ ਕਭੀ ਲਗਾਇਆ ਹੀ ਨਹੀਂ, ਅੱਜ ਆਪ ਪਹਿਲੀ ਵਾਰ ਮੇਰੇ ਕੋ ਬੋਰ ਹੋਈ, ਇਹ ਕਰਨਾ ਯੇ ਨਹੀਂ ਹੋਤਾ, ਮੈਂ ਪੜ੍ਹਾਈ ਕਰ ਸਕਤਾ ਹੂੰ, ਯੇ ਨਹੀਂ ਕਰ ਸਕਦਾ। ਉਹ ਪੁੱਤ ਜੇ ਤੂੰ ਨਹੀਂ ਕਰੇਗਾ ਤਾਂ ਹੋਰ ਕੌਣ ਕਰੂਗਾ? ਵਾਢੀ ਤਾਂ ਆਪਣਾ ਜੱਦੀ ਕੰਮ ਹੁੰਦਾ ਪੁੱਤ, ਅਸੀਂ ਬਚਪਨ ਤੋਂ ਤਾਂ ਇਹੀ ਤਾਂ ਸਿੱਖਦੇ ਆਉਂਦੇ ਆ, ਸਾਡੀ ਤਾਂ ਇਹੀ ਤਾਂ ਖੂਬਸੂਰਤੀ ਆ, ਸਾਡੀ ਪਹਾੜਾਂ ਦੀ, ਪਹਾੜਾਂ ਦੇ ਵਿੱਚ ਕੋ ਲਗਾ ਲਓ ਨਾ ਸਾਥ ਮੇ, ਜਬ ਮੈਂ ਬਾਹਰ ਜਾ ਕੇ ਪੜਤੋਂ ਤਬੀ ਤਾਂ ਆਪ ਅਕੇਲੇ ਕੰਮ ਕਰਤੇ ਹੋ, ਅਭੀ ਕਿਸੇ ਕੋ ਲਗਾ ਲਓ ਸਾਥ ਮੇ ਤੋ ਬਸ ਮੁਕਰ ਜਾਏਗਾ। ਉਹ ਮੈਂ ਕਿੱਥੋਂ ਲਾਣਾ ਪੁੱਤ, ਬੰਦੇ ਆਪਣੀ ਇੰਨੀ ਗੁੰਜਾਇਸ਼ ਹੈ ਨਹੀਂ ਕਿ ਮੈਂ ਬੰਦੇ ਲਾ ਲਾਂ, ਮੈਂ ਆਪ ਹੀ ਬੰਦਾ, ਮੈਂ ਆਪ ਹੀ ਲੱਗ ਸਕਦਾ ਤੇ ਆਪ ਹੀ ਮੈਂ ਲੱਗਿਆ। ਵੀ ਤੋ ਲੋਗੋਂ ਨੇ ਲਗਾਇਆ ਹੂੰ, ਆਪ ਹੀ ਲਗਾਓ ਤੋ ਖਤਮ ਕਰੋ ਇਹ ਕੰਮ, ਐਸੀ ਐਸੀ ਨਹੀਂ ਪੁੱਤ, ਇਹ ਕੰਮ ਕਰਨਾ ਪਾਉਣਾ ਪੁੱਤ, ਜਿੰਨਾ ਚਿਰ ਵਾਢੀ ਨਹੀਂ ਕਰਦਾ ਛੱਡਦਾ ਨਹੀਂ ਪੁੱਤ, ਮੈਂ ਜੰਮੂ ਨਹੀਂ ਜਾਣ ਦੇਣਾ ਤੈਨੂੰ, ਇਸ ਕੰਮ ਕਰਕੇ ਥੋੜੀ ਜੰਮੂ ਲਾਇਆ ਸੀ ਪੁੱਤ ਪੜਨ ਵਾਸਤੇ, ਵੀ ਤੂੰ ਜੰਮੂ ਜਾ ਕੇ ਤੂੰ ਤਾਂ ਜਮਾ ਹੀ ਸ਼ਹਿਰੀ ਬਣ ਗਿਆ ਪੁੱਤ। ਮੈਂ ਪੜਾਈ ਕਰ ਸਕਤਾ ਹੂੰ, ਯੇ ਕੰਮ ਨਹੀਂ ਕਰ ਸਕਤਾ। ਉਹ ਨਹੀਂ ਪੁੱਤ, ਪੜਾਈ ਨਹੀਂ, ਵਾਢੀ ਵੀ ਕਰੇਗਾ ਤੂੰ? ਨਹੀਂ ਨਹੀਂ ਮੇਰੇ ਸੇ ਨਹੀਂ ਹੋਤਾ। ਇਹ ਨਾ ਹੋਵੇ ਪੁੱਤ, ਫਿਰ ਮੈਂ ਆਪਦੀ ਤੇ ਆ ਜਾ, ਛਿੱਤਰ ਪਰੇਟ ਬਹੁਤ ਕਰਦਾ ਨਾ ਪੁੱਤਰ ਮੈਂ। ਹਾਂ ਤੈਨੂੰ ਮੈਂ ਦੱਸਾਂ, ਫੜ ਦਰਾਠੀ ਅੱਗੇ ਹੋ ਕੇ ਨਾ ਦੰਦ ਕੱਢੀ ਜਾਣਾ ਇੱਥੇ, ਮੈਂ ਕੰਨ ਤੇ ਮਾਰੂ ਆ, ਫੜ ਇੱਧਰ ਕਰਾਂ ਦਰਾਠੀ, ਫੜ ਇੱਥੇ, ਚੱਲ ਉੱਧਰ ਕਹਾ ਹੋ, ਭੇਜਿਆ ਤੈਨੂੰ ਕਿਹੜੇ ਕੰਮ ਸੀ ਤੇ ਤੂੰ ਲੱਗ ਗਿਆ ਇੱਥੇ, ਪੜਾਈ ਕਰਦਾ ਤੇ ਫਿਰ ਜੰਮੂ ਤੋਂ ਪਕੜ ਨਹੀਂ ਕੈਸੇ ਇਸਕੋ ਅਬ? ਮੈਂ ਦੱਸਦਾ ਤੈਨੂੰ, ਬੈਠ ਇੱਥੇ ਮੇਰੇ ਕੋਲੇ, ਐਸੇ ਪਕੜਨਾ ਹੈ ਇਸਕੋ ਯਾਰ, ਐਸੇ ਤਾਂ ਮੈਂ ਥੱਕ ਜਾਊਂਗਾ, ਇਸੇ ਅੱਛਾ ਮੈਂ ਪੜ ਲੈ ਤੂੰ ਯਾਰ, ਉਹ ਥੱਲੇ ਬੈਠ, ਤੂੰ ਥੱਕ ਜਾਏਗਾ, ਤੂੰ ਐਸੇ ਫੜ ਇਹਨੂੰ, ਐਸੇ ਕਰ ਸਾਹਮਣੇ, ਹਾਂ ਇਸਕੋ ਐਸੇ ਫੜ, ਹਾਂ ਐਸੇ, ਹਾਂ ਲਾ ਨੀਚੇ ਇਸਕੋ, ਐਸੇ ਖਿੱਚਦੇ, ਐਸੇ ਖਿੱਚਦੇ, ਹਾਂ ਇਹ ਤਾਂ ਬੜੀ ਮੁਸ਼ਕਲ ਹੈ ਕਾਟਣੀ, ਇਹ ਮੁਸ਼ਕਲ ਹੈ, ਇਹ ਤਾਂ ਕਿੰਨਾ ਸੌਖਾ ਕੰਮ ਹੈ ਬੇਟਾ। ਨਹੀਂ ਨਹੀਂ ਇਹ ਇਤਨਾ ਮੁਸ਼ਕਲ ਆ, ਵੀ ਉਹ ਕਿੰਨਾ ਡੱਕਾ ਪੜਾ ਹੋਊਗਾ ਕਿ ਇਹ ਸਾਰਾ ਕੱਟਣਾ ਹੈ, ਇਹ ਡੱਕਾ ਸਾਰਾ ਕੱਟਣਾ ਹੈ, ਫਿਰ ਸੇ ਨਹੀਂ ਹੁੰਦਾ ਇਹ ਕੰਮ ਸ਼ਾਮ। ਓਏ ਇੱਧਰ ਆ, ਤੂੰ ਮੈਂ ਜੁੱਤੀ ਫੇਰੂ ਤੈਨੂੰ ਮੈਂ ਦੱਸਾਂ, ਚੱਲ ਇੱਧਰ ਲੱਗ ਕੇ, ਚੱਲ ਚੱਲ ਵੱਡੀ ਗੱਲ, ਇੱਥੇ ਬੰਦਿਆਂ ਦੀ ਗੁਜਾਇਸ਼ ਨਹੀਂ, ਤੈਨੂੰ ਇੰਨਾ ਪੈਸਾ ਕਮਾ ਕੇ ਉੱਥੇ ਜੰਮੂ ਪੜਨ ਲਾਇਆ, ਤੂੰ ਉੱਥੇ ਲੋਫਰਬਾਜ਼ੀ ਤੇ ਲੱਗਿਆ ਹੋਇਆ, ਚੱਲ ਇੱਧਰ ਕਰ, ਚੱਕ ਦਰਾਠੀ, ਚੱਲ ਕਰ ਕਰ ਯਾਰ, ਇਹ ਨਹੀਂ ਕਰ ਯਾਰ, ਜਾ ਨਾ ਕਰ, ਤੂੰ ਕਿਉਂ ਅੱਗੇ ਜਵਾਨ ਲੜਾਉਣਾ, ਚੱਲ ਕਰ ਇੱਧਰ। ਵੱਡਾ ਬਣਿਆ ਇੱਥੇ ਸੰਜੇ ਦੱਤ, ਇਹ ਮੇਰੇ ਸਾਹਿਬ ਕੰਮ ਕਮੀ ਕੱਟਣੇ ਹੋਤੀ, ਜ਼ਿਆਦਾ ਨਹੀਂ ਕੱਟਣੇ, ਜਿਤਨੀ ਕੱਟਣੇ ਹੋਤੀ ਹੈ ਉਤਨੀ ਕੱਟ, ਸ਼ਾਮ ਤੱਕ ਇਹ ਪੂਰਾ ਡੋਲਾ ਖਤਮ ਕਰਨਾ ਆਪਾਂ, ਇਹ ਇਤਨਾ ਬੜਾ ਡੋਲਾ, ਉਹ ਦੇਖੋ ਤੁਸੀਂ ਪਿੱਛੇ, ਉਹ ਕੋਈ ਬਾਤ ਨਹੀਂ, ਦੇਖੇਂਗੇ ਜੈਸੇ ਜੈਸੇ ਆਗੇ ਜਾਏਂਗੇ, ਦੇਖਤੇ ਰਹਾਂਗੇ। ਬੜਾ ਮੁਸ਼ਕਲ ਹੈ ਇਹ ਸਾਰਾ ਕੰਮ,
ਕੋਈ ਗੱਲ ਨਹੀਂ ਪੁੱਤ, ਹੌਲੀ ਹੌਲੀ ਹੋ ਜਾਊਗਾ। ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਪੁੱਤ, ਹੌਲੀ ਹੌਲੀ ਕਰਨਾ ਆਪਾਂ ਨੂੰ ਕਾਹਲੀ ਕੋਈ ਨਹੀਂ ਹੈਗੀ, ਕੋਈ ਨਹੀਂ ਹੈ, ਰੱਬ ਮੌਸਮ ਸਾਫ ਹੈ, ਵਧੀਆ, ਕੋਈ ਗੱਲ ਨਹੀਂ ਹੋ ਜਾਊਗਾ। ਤੇਰੀ ਮੰਮੀ ਨੂੰ ਕਿਹਾ ਮੈਂ ਕਿਹਾ ਚਾਹ ਤੇ ਪਾਣੀ ਲਿਆ, ਠੀਕ ਹੈ, ਰੈਸਟ ਕਰ ਕਰਕੇ ਸ਼ਾਬਾ। ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ, ਜ਼ਮੀਨ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਹੋਰ ਸੱਚ ਕੀ ਹਾਲ ਆ? ਠੀਕ ਹੈ ਭਤੀਜ, ਕੀ ਹਾਲ ਨੇ ਤੇਰੇ? ਵਧੀਆ, ਤੁਸੀਂ ਸੁਣਾਓ? ਓ ਬਹੁਤ ਵਧੀਆ। ਹੋਰ ਭਤੀਜ, ਫਿਰ ਵੱਢ ਲਈ ਕਣਕ? ਆਹੋ ਵੱਢੀ ਆ, ਚਾਰ ਬੰਦੇ ਲਾਏ ਦੇ ਨਾ। ਅੱਛਾ, ਸਾਡਾ ਤਾਂ ਹਜੇ ਇੱਕੋ ਡੋਲਾ ਹੋਇਆ ਹਜੇ। ਅੱਛਾ, ਇਹਨੂੰ ਲਾਇਆ ਮੈਂ ਮੰਨੂ ਨੂੰ ਨਾਲ, ਮੈਂ ਕਿਹਾ ਤੂੰ ਵਧਾ ਬਈ ਨਾਲ, ਅੱਜ ਹੋ ਗਿਆ। ਚਾਚਾ ਤੁਮੀ ਲਾਇ ਲਾ ਕੋਈ ਦੋ ਬੰਦੇ? ਉਹ ਨਾ ਭਰਾਵਾ, ਬੰਦਿਆਂ ਵਾਲਾ ਕੰਮ ਬਹੁਤ ਮਹਿੰਗਾ ਪੈ ਜਾਂਦਾ ਯਾਰ, ਉਹ ਨਹੀਂ ਔਖਾ ਹੈ, 800 ਰੁਪਇਆ ਲੈ ਜਾਂਦੇ ਨੇ। ਬਸ 800 ਰੁਪਇਆ? ਹੋਰ ਹੁਣ ਨਹੀਂ, ਮੈਂ ਤਾਂ 700 ਰੁਪਏ ਦਿੱਤਾ। 700 ਰੁਪਇਆ ਦਿੱਤਾ, ਪਤਾ ਨਹੀਂ ਫਿਰ ਕਹਿੰਦੇ 800 ਲਵਾਂਗੇ। ਤੈਨੂੰ ਪਤਾ ਪੁੱਤ, ਫਿਰ ਮੇਰੀ ਇੰਨੀ ਗੁਜਾਇਸ਼ ਨਹੀਂ ਬਣਦੀ, ਹਨਾ, ਆਪਣੇ ਘਰ ਦੇ ਹਾਲਾਤ ਥੋੜੇ ਜਿਹੇ ਠੀਕ ਨਹੀਂ ਹੈਗੇ। ਅੱਛਾ, ਤਾਂ ਕਰਕੇ ਫਿਰ ਮੈਂ ਆਪ ਹੀ ਜਿੰਨਾ ਚਿਰ ਆਪ ਦੇ ਹੱਡ ਪੈਰ ਚੱਲਦੇ ਆ ਉਨੀ ਦੇਰ ਤਾਂ ਫਿਰ ਕਰਾਂਗੇ। ਚਾਚਾ ਕੁੰਗਲਾ ਮੁੰਡਾ ਕਿੱਥੇ ਲਾਇਆ? ਜੰਮੂ ਗਿਆ ਹਨਾ, ਇਹ ਜੰਮੂ ਦਾ ਆਈ ਆ? ਜੰਮੂ ਤੋਂ ਬੁਲਾਇਆ ਪੁੱਤ, ਇਹਨੇ ਬੜੇ ਬਹਾਨੇ ਮਾਰੇ, ਇਹਨੂੰ ਪਤਾ ਸੀ ਬਾਡੀਆਂ ਦਾ ਟਾਈਮ ਆ ਗਿਆ। ਇਹ ਅੱਜ ਕੱਲ ਪੂਰੇ ਸੁੰਦਰ ਬਣੀ ਵਿੱਚ ਨਾ ਪੂਰੇ ਟ੍ਰੈਂਡ ਆ ਇਹ। ਆਹੋ, ਮੇਰੇ ਜਿਹੜੇ ਜਵਾਕ ਨੇ, ਛੋਟੇ ਬੱਚੇ ਨੇ ਜਿਹੜੇ ਜੰਮੂ ਪੜ੍ਹਦੇ ਨੇ, ਅੱਛਾ, ਉਹ ਉਹੀ ਕਹੀ ਜਾਂਦੇ ਆ, ਪਾਪਾ ਸਾਡਾ ਐਗਜ਼ਾਮ ਆ ਗਿਆ, ਸਾਡਾ ਪੇਪਰ ਆ ਗਿਆ। ਕੋਈ ਪੇਪਰ ਨਹੀਂ ਪੁੱਤ, ਸਭ ਬਾਡੀ ਤੋਂ ਭੱਜਦੇ ਨੇ। ਅੱਛਾ, ਮੈਂ ਸਵੇਰੇ ਫੜਿਆ 76, ਮੈਂ ਕਿਹਾ ਲੱਗ ਹਾਂ ਥੋੜਾ ਜਿਹਾ, ਤੂੰ ਕੱਟ ਹਾਂ ਕਣਕ? ਕਹਿੰਦਾ ਮੈਨੂੰ ਨੀ ਜਾਂਚ ਆਉਂਦੀ। ਹਾਂ, ਤੇ ਫਿਰ ਮੈਂ ਲਾਇਆ ਥੋੜੀ ਕੱਟੀ ਆ। ਅੱਛਾ, ਆ ਮੈਂ ਆਪਣੇ ਲਈ ਸੱਦਾ ਤਾਂ ਨਾ ਹੋ ਵਾਲਾ ਕੋਈ ਨਹੀਂ, ਉਹ ਨਹੀਂ ਸੱਦਾ ਵਾਲਾ ਜੰਮੂ ਆਕਾ, ਆ ਤਾਂ ਬੇਮਾਲ ਘੁੰਮੀਏ। ਅੱਛਾ, ਜਿਹੜਾ ਘੁੰਮੀਏ ਲੈ ਦਾ ਕਿੰਨੀ ਸਹੀ ਆ ਨੀ। ਉਹ ਤੂੰ ਚੁੱਪ ਕਰ, ਪੜਨ ਭੇਜਿਆ ਤੈਨੂੰ ਉੱਥੇ, ਤੂੰ ਬੇਬਾ ਮਾਲਾਂ 'ਚ ਫਿਰਦਾ ਆਕਾ, ਸਿੱਧਰਾ ਘੁੰਮੀਏ। ਮੈਂ ਤਾਂ ਦੱਸਾਂ, ਫਿਰ ਪਤਾ ਲੱਗਿਆ ਮੈਨੂੰ ਇਹ ਕੰਮ ਕਰਦੇ ਨੇ ਉੱਥੇ। ਹਾਂ, ਇਹ ਮਾੜਾ ਕੰਮ ਹੈ ਇਹਨਾਂ ਦਾ। ਚਲੋ, ਜਦੋਂ ਕਣਕ ਦੀ ਵਾਢੀ ਆਵੇ ਨਾ, ਉਦੋਂ ਪਿਆਰ ਵੱਧਦਾ। ਪਹਿਲਾਂ ਸਾਡੇ ਟਾਈਮ ਦੇ ਵਿੱਚ ਇੱਕ ਗਵਾਂਢੀ ਦੂਜੇ ਗਵਾਂਢੀ ਦੀ ਕਣਕ ਵਢਾਉਂਦਾ, ਭਰਾ ਭਰਾ ਦੀ ਕਣਕ ਵਢਾਉਂਦਾ। ਅੱਜ ਕੱਲ ਟਾਈਮ ਇਹੋ ਜਿਹਾ ਆ ਗਿਆ, ਭਰਾ ਭਰਾ ਨੂੰ ਦੇਖ ਕੇ ਰਾਜੀ ਨਹੀਂ, ਕਣਕ ਦੀ ਤਾਂ ਦੂਰ ਦੀ ਗੱਲ ਹੈ। ਅੱਛਾ, ਤੇ ਚਲੋ, ਟਾਈਮ ਟਾਈਮ ਦੀਆਂ ਗੱਲਾਂ ਨੇ, ਉਹ ਤਾਂ ਹਾਂ, ਹੁਣ ਆਪੇ ਹੀ ਕਰਨਾ ਪੈਣਾ, ਜਿਹੜਾ ਗਲ ਢੋਲ ਪਿਆ ਵਜਾਉਣਾ ਤੇ ਪੈਣਾ ਹੀ ਹੈ। ਵਜਾਉਣਾ ਤੇ ਵਿਹਲਾ ਹੋ ਗਿਆ, ਨਹੀਂ ਵਿਹਲਾ ਗਾਣੀ ਹੀ, ਟਰੈਕਟਰ ਨਹੀਂ ਲੱਭਾ ਕੋਈ, ਨਹੀਂ ਆਉਣਾ ਉਹਦਾ, ਬਿੱਟੂ ਦਾ ਆਉਣਾ ਟਰੈਕਟਰ, ਕਿਹਾ ਮੇਰੀ ਗੱਲ ਹੋਈ, ਬਿੱਟੂ ਹੀ ਆਖਿਆ? ਹਾਂ ਆਖਿਆ, ਤੇਰੀ ਖਤਮ ਹੋ ਤਾਂ ਫੀਕੇ ਸੱਦ ਕੇ। ਹਾਂ, ਫੇਰ ਆਊ, ਇਕੱਠੇ ਗਾਏ ਲੱਗੇ, ਫੇਰ ਇਕੱਠੇ ਜੀ, ਹੈ ਨੀ? ਆਓ, ਦੋ ਬੰਦੇ ਮੈਂ ਸੱਦੀ ਲੈਣਾ। ਹਾਂ ਹਾਂ, ਤੇ ਇਕੱਠੇ ਗਾ ਉੜੂ ਉਹ। ਬਸ ਠੀਕ ਹੈ, ਠੀਕ ਹੈ ਫਿਰ, ਠੀਕ ਹੈ, ਤੂੰ ਵੀ ਸੌਖਾ ਹੀ ਆਗਾ, ਉਹ ਹੋ ਜੂਗੀ ਬੇਟਾ, ਤੂੰ ਵੀ ਸੌਖਾ ਹੀ ਆਗਾ, ਇਹ ਤਾਂ ਆਗ ਨਿਕੰਮਾ। ਉਹ ਨਹੀਂ, ਪੜ੍ਹਨ ਚ ਬੜਾ ਲਾਇਕ। ਅੱਛਾ, ਉਹ ਇੱਕ ਮੈਂ ਵੀ ਆ, ਮਾੜਾ ਵੀ ਆ, ਉਹ ਭਲਿਆ ਨਿਕੰਮਾ, ਉਹ ਆਇਆ ਕਿ ਨਹੀਂ ਘਰ? ਉਹ ਚਲੋ, ਉਹ ਵੀ ਸੱਦਾ ਵਾ, ਕਾ ਜੰਮੂ ਆ, ਬੱਚੇ ਨੇ ਨਾ ਕੋਈ। ਅੱਛਾ, ਚੱਲ ਫਿਰ, ਚੱਲ ਮਿਲਦੇ ਆ, ਲਾਈਏ ਅਸੀਂ ਵੀ ਝੂਟੀ ਇੱਕ ਹੋਰ। ਠੀਕ ਹੈ ਫਿਰ, ਚੱਲਾਂ ਮੈਂ। ਠੀਕ ਹੈ, ਠੀਕ ਹੈ, ਠੀਕ ਹੈ। ਅਭੀ ਹੋਰ ਘਾਟ ਨਹੀਂ ਹੈ ਕਿਆ? ਪਤਾ ਨਹੀਂ ਕਿੱਧਰ ਬਾਕੀ ਤੇਰੀ ਮੰਮੀ। ਓ ਮੈਂ ਲਿਆ ਤੋ ਨਾ, ਚਾਹੇ ਮੈਂ ਜਾ ਕੇ ਲਿਆ ਤੋ। ਚੱਲ ਠੀਕ ਹੈ, ਚੱਲ ਲਿਆ ਫਿਰ। ਮੇਰੇ ਕੋਲ ਤਾਂ ਬਾਹਰ ਨਹੀਂ ਚਾਹੀਏ ਥਾ ਨਿਕਲਣ ਦਾ, ਹੁਣ ਨਹੀਂ ਮੁੜਦੇ ਯਾਰ, ਆਪ ਸਿੱਧਾ ਜੰਮੂ ਹੀ ਜਾਏਂਗੇ। ਮੈਨੂੰ ਨਹੀਂ ਲੱਗਦਾ ਹੁਣ ਉਹ ਆਊਗਾ, ਭੱਜ ਗਿਆ ਬੱਲੂ, ਜੇਲ੍ਹ 'ਚੋਂ ਫਰਾਰ ਹੋ ਗਿਆ। ਵੀਰ ਕੀ ਹਾਲ ਈ? ਠੀਕ ਆ ਵੀਰ, ਹੋਰ ਸੁਣਾ ਵੀਰ? ਠੀਕ ਆ। ਹੋਰ ਕੀ ਗੱਪ ਛੱਪ ਈ? ਬਸ ਕੋਈ ਖਾਸ ਨਹੀਂ, ਲੱਗਿਆ ਬਾਡੀ। ਆਇਆ ਲੱਗੇ ਨਾ ਬਾਡੀ? ਹਾਂ ਬਾਡੀ ਲੱਗਿਆ, ਮੈਂ ਬਾਡੀ ਬੂਡੀ ਕਰੀ ਉੜੀ, ਗਾਈ ਵੀ ਉੜੀ, ਬੈਲਾ ਹੋਈ। ਮਸ਼ੀਨ ਲਾਈ ਹੋਣੀ ਤੁਸੀਂ? ਮਸ਼ੀਨ ਵੀ ਲਾਏ, ਬੰਦੇ ਵੀ ਲਾਏ। ਅੱਛਾ, ਇਹ ਕਰਨਾ ਭਰਾਵਾ, ਬਾਕੀ ਸਾਰੇ ਆਲੇ ਦੁਆਲੇ ਵੱਢੀ ਜਾਣ, ਤੇਰੀ ਆਇਆ ਖਲਤੀ ਵੀ।
ਬਾਰਿਸ਼ ਆਈ ਤੇ ਫਿਰ ਕੀ ਕਰਨਾ? ਠੀਕ ਹੈ ਨੀ, ਬਾਰਿਸ਼ ਰੱਬ ਵੀ ਗਰੀਬ ਬੰਦਿਆਂ ਦਾ ਸਾਥ ਨਹੀਂ ਦਿੰਦਾ, ਆ ਗਈ ਤੇ ਫਿਰ ਦੇਖੀ ਜਾਊਗੀ। ਜਿਹੜਾ ਗਰੀਬ ਗਰੂਬ ਕੱਖ ਨੀ ਹੁੰਦਾ, ਬੰਦਾ ਆਪੇ ਗਈ ਕੁਛ ਕਰਦਾ, ਹੁਣ ਕੀ ਕਰਿਆ ਰੱਬ ਵੀ ਬੰਦੇ ਲਾ ਲਾ, ਤੂੰ ਦੋ ਲੈ ਲੈ ਬੰਦੇ, ਬੰਦਿਆਂ ਜੋ ਕੀ ਗੁਜਾਇਸ਼ ਹੈ ਨੀ ਹਜੇ। ਜਿਹੜਾ ਮਸ਼ੀਨ ਲਾ ਲੈ, 7-8 ਸੌ ਰੁਪਇਆ ਬੰਦਾ ਲੈਂਦਾ, ਮਸ਼ੀਨ ਲਾ ਲੈ ਥੋੜੀ ਠੀਕ ਪਈ ਜਾ ਕੋਈ ਬੁਰਾ ਕੰਮ ਮਾ। ਨਾ ਮਸ਼ੀਨ ਜੋਗੇ ਪੈਸੇ ਨੇ ਮੇਰੇ ਕੋਲੇ। ਜਿਹੜਾ ਬੰਦਾ ਜਿਹੜਾ ਰੋਂਦਾ ਨਾ, ਫਿਰ ਉਹ ਰੋਂਦਾ ਰੋਂਦਾ ਹੀ ਤਾਂ ਹੈ ਗੱਲ ਨੀ। ਥੋੜੀ ਗੰਢ ਲਾ ਜਿਹੜੀ ਹੈ ਥੋੜੀ ਰੱਖੀ ਲਾ ਬੰਦੇ ਮੁਗਾ ਕੰਮ ਜਿਹੜਾ ਕੈਸੀ ਕੰਡ ਬਣਾਈ ਮਾਰ। ਭਰਾਵਾ ਗੰਢ ਦੀ ਕੀ ਗੱਲ ਪੁੱਛਦਾ ਤੂੰ, ਤੈਨੂੰ ਪਤਾ ਹੀ ਆ ਸਾਡੇ ਘਰ ਦੇ ਹਾਲਾਤਾਂ ਦਾ, ਜਿਹੜੇ ਹੁੰਦੇ ਆ ਥੋੜ੍ਹੇ ਬਹੁਤ ਪੂੰਝ ਕੇ ਮੈਂ ਜਵਾਕ ਨੂੰ ਜੰਮੂ ਪੜ੍ਹਾ ਰਿਹਾ, ਵੀ ਉਹ ਪੜ੍ਹ ਲਿਖ ਜਾਊਗਾ ਤਾਂ ਚਲੋ ਸਾਡੀ ਗਰੀਬੀ ਚੱਕੂਗਾ, ਅਤੇ ਉਹ ਵੀ ਫਿਰ ਵਿਚਾਰਾ ਬਾਡੀ 'ਤੇ ਲਾਇਆ ਸੀ, ਉਹ ਵੀ ਮੈਨੂੰ ਲੱਗਦਾ ਬਹਾਨਾ ਮਾਰ ਕੇ ਭੱਜ ਗਿਆ। ਜਿਹੜਾ ਦੁਨੀਆਂ 'ਚ ਨਰ ਪੁੱਜੀ ਹੈ, ਹੁਣ ਸੂਰਜਰ ਜਾਣਾ ਹੀ ਸੋਚਿਆ ਸੀ, ਤੂੰ ਹਾਲੇ ਉੱਥੇ ਬੈਠਾ। ਉਹ ਭਰਾਵਾ ਉੱਥੇ ਬਹਿਣਾ, ਅਸੀਂ ਕੀ ਕਰ ਸਕਦੇ ਹਾਂ, ਸਾਡੇ ਹੱਥ ਕਿਤੇ ਪੈਂਦੇ ਨਹੀਂ ਚੰਗੀ ਜਗ੍ਹਾ, ਅਤੇ ਨਹੀਂ ਸਾਡੇ ਕੋਲ ਪੈਸਾ, ਨਹੀਂ ਗੁਜਾਇਸ਼, ਅਸੀਂ ਨਹੀਂ ਕਰ ਸਕਦੇ। ਅਤੇ ਤੈਨੂੰ ਪਤਾ ਹੀ ਹੈ ਵੀ ਇੱਕ ਦਿਹਾੜੀ ਵਾਲੇ ਬੰਦੇ ਦਾ ਕਿੰਨਾ ਔਖਾ ਹੁੰਦਾ। ਸਵੇਰੇ 5 ਵਜੇ ਉੱਠ ਕੇ ਮੈਂ ਕਣਕ ਵੱਢਦਾ, ਫਿਰ 8 ਵਜੇ ਦਿਹਾੜੀ ਲਾਉਣ ਜਾਂਦਾ, ਫਿਰ ਸ਼ਾਮ ਨੂੰ 6 ਵਜੇ ਥੱਕਿਆ ਟੁੱਟਿਆ ਆ ਕੇ ਫਿਰ ਮੈਂ ਕਣਕ ਵੱਢਦਾ, ਅਤੇ ਹੋਰ ਵੀ ਕੋਈ ਨਹੀਂ ਹੈਗਾ ਨਾਲ ਬੰਦਾ, ਅਤੇ ਇਕੱਲੇ ਹੀ ਵੱਢਣੀ ਹੈ, ਇਕੱਲਾ ਇਕੱਲਾ ਮੁੰਡਾ ਉਹ ਜੰਮੂ ਪੜ੍ਹਨ ਲਾਇਆ ਹੋਇਆ ਹੈ, ਅਤੇ ਬਸ ਤੈਨੂੰ ਪਤਾ ਹੀ ਹੈ ਫਿਰ ਹਾਲਾਤਾਂ ਦਾ। ਇਹ ਵਾਢੀ ਵੇਲੇ ਵੀ ਅਤੇ ਜਦੋਂ ਬੀਜਣੀ ਹੁੰਦੀ ਉਦੋਂ ਵੀ ਗਰੀਬ ਬੰਦੇ ਨੂੰ ਹਮੇਸ਼ਾ ਮਾਰ ਲੱਗਦੀ ਲੱਗਦੀ। ਫਿਰ ਥੋੜ੍ਹੀ ਮੁਸ਼ਕਿਲ ਕਿਆ ਅੱਗੇ ਵੀ, ਚਲੋ ਕਿੱਲੇ ਵੀ ਮੁਸ਼ਕਿਲ ਅੱਗੇ ਹੀ ਮੁਸ਼ਕਿਲ ਉੱਪਰ ਵਾਲੇ ਤੇ ਆ ਭਰਾਵਾ। ਚੱਲ ਭਰਾਵਾ ਜੋ ਉਹਦੀ ਮਰਜ਼ੀ, ਜੀ ਥੋੜ੍ਹੀ ਮਰਜ਼ੀ ਹੈ, ਸਾਰਾ ਕੰਮ ਸਲਾਹ ਦੇਣਾ। ਠੀਕ ਹੈ ਠੀਕ ਹੈ ਰਾ। ਇਹ ਹੁੰਦੀ ਹੈ ਗਰੀਬੀ, ਜਿੱਥੇ ਛੋਟੇ ਤੋਂ ਲੈ ਕੇ ਵੱਡਾ ਬੰਦਾ ਵੀ ਸਲਾਹਾਂ ਦੇਣ ਆ ਜਾਂਦਾ ਅਤੇ ਸਾਥ ਕੋਈ ਵੀ ਨਹੀਂ ਦਿੰਦਾ। ਚੱਲ ਮਣਾ, ਜੋ ਤੇਰੀ ਕਿਸਮਤ ਦੀਆਂ ਲਕੀਰਾਂ ਦੇ ਵਿੱਚ ਹੈਗਾ ਉਹ ਤਾਂ ਤੈਨੂੰ ਭੁਗਤਣਾ ਹੀ ਪੈਣਾ, ਪਰ ਸਾਥ ਜ਼ਰੂਰ ਦੇਣਾ ਚਾਹੀਦਾ ਲੋਕਾਂ ਨੂੰ, ਗਰੀਬ ਬੰਦਿਆਂ ਦਾ। ਚੱਲ ਮਣਾ ਕਰੀਏ ਬਾਡੀ।